ਸਤਿ ਸ਼੍ਰੀ ਅਕਾਲ ਜੀ, ਵੈਲਕਮ ਆ ਸਾਰਿਆਂ ਲਈ ਆਪਣੇ YouTube ਚੈਨਲ ਤੇ। ਤੇ ਜਿਹਨੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਆਪਣੇ ਚੈਨਲ ਨੂੰ ਜਲਦੀ ਜਲਦੀ ਕਰ ਲਓ ਸਬਸਕ੍ਰਾਈਬ, ਤੇ ਜਿਹੜੇ ਕਿ ਟੱਲੀ ਜੀ ਲੰਕਦੀ ਹੈ ਉਹ 'ਤੇ ਵੀ ਕਲਿੱਕ ਕਰ ਲਿਆ ਕਰੋ ਵੀ ਤੁਹਾਡੇ ਕੋਲ ਆਪਣੀਆਂ ਸਾਰੀਆਂ ਵੀਡੀਓ ਨੋਟੀਫਿਕੇਸ਼ਨ ਤੁਹਾਡੇ ਕੋਲ ਆ ਜਾ ਕਰਨ ਕਿ ਤੁਹਾਨੂੰ ਈਜ਼ੀ ਹੋ ਜਾ ਕਰੇ ਹਰ ਵੀਡੀਓ ਨੂੰ ਦੇਖਣਾ। ਤੇ ਆਪਣੀ ਵੀਡੀਓ ਨੂੰ ਸ਼ੇਅਰ ਵੀ ਕਰ ਦਿਆ ਕਰੋ ਜਿਹੜੇ ਚਲੋ ਸ਼ੇਅਰ ਕਰਨਾ ਚਾਹੁੰਦੇ ਆ, ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਜੋ ਕਿ ਅੱਜ ਆਪਾਂ ਗੱਲ ਕਰਾਂਗੇ ਜੀ ਸਵੀਡਨ ਦੇ ਵਿੱਚ। ਮੈਂ ਪਿਛਲੀ ਵੀਡੀਓ ਦੇ ਵਿੱਚ ਵੀ ਕਿਹਾ ਸੀਗਾ ਕਿ ਜੋ ਤੁਹਾਡੀ ਡਿਮਾਂਡ ਹੋਊਗੀ ਉਹ ਡਿਮਾਂਡ 'ਤੇ ਵੀਡੀਓ ਬਣਾਇਆ ਕਰਾਂਗੇ। ਹਾਂ, ਤੁਹਾਡੇ ਵੀਰ ਭਰਾਵਾਂ ਦੇ ਕਾਫੀ ਮੈਸੇਜ ਆਏ, ਕਮੈਂਟ ਆਏ, ਅਤੇ ਆਪਣੀ ਇੰਸਟਾਗ੍ਰਾਮ 'ਤੇ ਕਈਆਂ ਨੇ ਫੋਲੋ ਵੀ ਕੀਤਾ, ਅਤੇ ਮੈਂ ਇਹਦੇ ਵਿੱਚ ਫੋਟੋ ਵੀ ਪਾ ਦੂੰਗਾ। ਅਤੇ ਇੰਸਟਾਗ੍ਰਾਮ 'ਤੇ ਆਪਾਂ ਨੂੰ ਫੋਲੋ ਕਰ ਲਿਆ ਜੇ, ਉਹਦੇ ਵਿੱਚ ਆਪਾਂ ਜੋ ਵੀ ਨਵੀਂ ਅਪਡੇਟ ਹੁੰਦੀ ਆ ਉੱਥੇ ਵੀ ਆਪਾਂ ਸਟੋਰੀ ਵਗੈਰਾ, ਸਵੀਡਨ ਦੀਆਂ ਸਟੋਰੀਆਂ, ਸਾਰਾ ਕੁਛ ਆਪਾਂ ਉਹਦੇ ਵਿੱਚ ਪਾਉਂਦੇ ਰਹੀਦਾ, ਠੀਕ ਆ। ਅਤੇ ਚਲੋ ਹੋਰਾਂ ਕੰਟਰੀਆਂ ਜਿਵੇਂ ਆਪਾਂ ਘੁੰਮਣ ਵੀ ਜਾਂਦੇ ਹਾਂ ਉੱਥੋਂ ਦੀ ਵੀ ਆਪਾਂ ਸਟੋਰੀ ਪਾ ਦਿੰਦੇ ਹਾਂ। ਤਾਂ ਇਸੇ ਤਰ੍ਹਾਂ ਦੇਖੋ ਜੀ, ਆਪਾਂ ਜੋ ਅੱਜ ਗੱਲ ਕਰਨੀ ਆ, ਮੋਸਟਲੀ ਜਿਹੜੇ ਮੁੰਡਿਆਂ ਦੇ ਕਮੈਂਟ ਆਉਂਦੇ ਆ ਜੀ, ਅਸੀਂ 2 ਨੰਬਰ ਵਿੱਚ ਆ ਕੇ ਸਵੀਡਨ ਵਿੱਚ ਕੰਮ ਕਰ ਸਕਦੇ ਹਾਂ ਜਾਂ ਨਹੀਂ ਕਰ ਸਕਦੇ। ਬੜਿਆਂ ਦੇ ਕਮੈਂਟ ਇਹ ਹੁੰਦੇ ਆ ਕਿ ਅਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਹਾਂ। ਦੇਖੋ ਜੀ, ਉਹ ਚੀਜ਼ ਉੱਪਰ ਆਪਾਂ ਪੂਰੀ ਅੱਜ ਗੱਲਬਾਤ ਕਰਾਂਗੇ ਕਿ ਤੁਸੀਂ ਕਿੰਨੇ ਘੰਟੇ ਕੰਮ ਕਰ ਸਕਦੇ ਹਾਂ 2 ਨੰਬਰ ਦੇ ਵਿੱਚ। ਸਭ ਤੋਂ ਪਹਿਲਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਜੀ ਤੁਹਾਡੇ ਕੋਲ ਕਿਹੜੀ ਕੰਟਰੀ ਦੇ ਪੇਪਰ ਆ, ਹੈ ਨਾ। ਅਤੇ ਜੇ ਤੁਸੀਂ ਉਹ ਕੰਟਰੀ ਦੇ ਵਿੱਚ ਰਹਿ ਰਹੇ ਹਾਂ ਤਾਂ ਤੁਹਾਨੂੰ ਵੀ ਪਤਾ ਵੀ ਜੇਕਰ ਤੁਸੀਂ ਉੱਥੇ ਰਹਿ ਰਹੇ ਹਾਂ ਤਾਂ ਤੁਸੀਂ ਲੀਗਲ ਐਂਡ ਇਨਲੀਗਲ ਤੁਸੀਂ ਕਿੰਨਾ ਕੰਮ ਕਰ ਸਕਦੇ, ਹੈ ਨਾ। ਹੁਣ ਇੱਕ ਕੰਟਰੀ ਦੇ ਵਿੱਚ ਜੈਨੂਨ ਬੰਦਾ 1 ਨੰਬਰ 'ਚ, ਉਹਨੂੰ ਪਤਾ ਕਿ ਉਹਨੇ 40 ਘੰਟੇ ਹਫ਼ਤੇ ਦੇ ਕੰਮ ਕਰਨਾ, ਉਹ ਹੁੰਦਾ ਲੀਗਲ ਤਰੀਕੇ ਨਾਲ ਕੰਮ ਕਰਨਾ। ਇੱਕ ਹੁੰਦਾ 2 ਨੰਬਰ ਵਿੱਚ ਕੰਮ ਕਰਨਾ, ਉਹਦੇ ਵਿੱਚ ਬਹੁਤਿਆਂ ਦੇ ਕਮੈਂਟ ਇਹ ਹੁੰਦੇ ਆ ਕਿ ਭਾਅ ਜੀ 8 ਘੰਟੇ 10 ਘੰਟੇ ਕੰਮ ਮਿਲ ਜੂਗਾ। ਦੇਖੋ ਜੀ, ਉਹਦੇ ਵਿੱਚ ਕੀ ਹੁੰਦਾ ਕਿ ਤੁਹਾਨੂੰ ਕੋਈ ਵੀ ਬੰਦਾ 2 ਨੰਬਰ ਵਾਲੇ ਬੰਦੇ ਨੂੰ ਕੋਈ ਲਿਖ ਕੇ ਨਹੀਂ ਦੇ ਸਕਦਾ ਗਾ ਕਿ ਤੈਨੂੰ ਮੈਂ ਇਹ 10 ਘੰਟੇ ਦੇਊਂਗਾ ਜੀ, ਮਹੀਨੇ ਦਾ 200 ਘੰਟਾ ਦੇਊਂਗਾ ਜੀ। ਉਹਦੇ ਜਿਹੜੇ 2 ਨੰਬਰ ਦੇ ਬੰਦੇ ਹੁੰਦੇ ਆ ਜੀ, ਉਹ ਹੁੰਦੇ ਆ ਐਕਸਟਰਾ ਬੰਦੇ। ਹੁਣ ਮੰਨ ਕੇ ਚੱਲੋ ਕਿ ਇੱਕ ਰੈਸਟੋਰੈਂਟ ਹੈ ਜਾਂ ਕੋਈ ਕੰਪਨੀ ਹੈ, ਕੋਈ ਵੀ ਕੰਮ ਲਾ ਲਓ, ਉਹਦੇ ਵਿੱਚ ਬੰਦੇ 10 ਕੰਮ ਕਰ ਰਹੇ ਜੈਨੂਨ, ਹੈ ਨਾ। ਹੁਣ ਉੱਥੇ 12 ਬੰਦਿਆਂ ਦੀ ਲੋੜ ਆ, ਹੁਣ 10 ਬੰਦੇ ਉਹ 12 ਵਾਲਾ ਕੰਮ ਤਾਂ ਕਰ ਨਹੀਂ ਦੇਣਗੇ, ਫਿਰ ਉਹਨਾਂ ਨੂੰ 2 ਬੰਦੇ ਐਕਸਟਰਾ ਰੱਖਣੇ ਪੈਂਦੇ ਆ ਕੰਮ ਕਰਨ ਵਾਸਤੇ ਕਿ ਚਲੋ ਬੰਦੇ ਕੈਸ਼ 'ਤੇ ਰੱਖ ਲੈਂਦੇ ਹਾਂ, ਹੈ ਨਾ। ਉਹਨਾਂ ਨੂੰ ਆਪਾਂ 2 ਨੰਬਰ ਵਾਲੇ ਕਹਿ ਦਿੰਦੇ, ਅਤੇ ਜਦੋਂ ਕੰਮ ਘੱਟ ਜਾਂਦਾ ਤਾਂ ਪਹਿਲਾਂ ਕਿੰਨਾਂ ਨੂੰ ਹਟਾਉਣਗੇ, ਉਹ 2 ਨੰਬਰ ਵਾਲਿਆਂ ਨੇ। ਉਹਨਾਂ ਨੂੰ ਕਹਿਣਗੇ ਵੀ ਸਾਡੇ ਕੋਲ ਕੰਮ ਹੈ ਨਹੀਂ ਗਾ, ਹੁਣ ਤੈਨੂੰ ਕਿੱਥੋਂ ਕੰਮ ਦੇ ਦਈਏ, ਹੈ ਨਾ। ਤਾਂ ਇਹ ਚੀਜ਼ ਹੁੰਦੀ ਆ ਜੀ। ਦੇਖੋ, ਬਹੁਤ ਲੋਕ ਜਰਮਨ ਦੇ ਵਿੱਚ ਜਾਂਦੇ ਆ 2 ਨੰਬਰ 'ਚ ਕੰਮ ਕਰਦੇ ਆ। ਹਾਂ, ਉੱਥੇ ਥੋੜ੍ਹਾ ਜਿਹਾ ਹੁੰਦਾ ਕਿ ਚਲੋ ਤੁਹਾਨੂੰ ਉਹਨਾਂ ਨੇ ਕਿਹਾ ਹੁੰਦਾ ਵੀ ਓਪਨ ਵੀ ਤੁਸੀਂ ਕਰਨਾ ਰੈਸਟੋਰੈਂਟ ਨੂੰ, ਕਲੋਜ਼ ਵੀ ਤੁਸੀਂ ਕਰਨਾ, ਰਿਹਾਇਸ਼ ਫ੍ਰੀ ਆ, ਖਾਣਾ ਫ੍ਰੀ ਆ, ਹੈ ਨਾ। ਉਹ ਚੀਜ਼ਾਂ ਉੱਥੇ ਚੱਲ ਜਾਂਦੀਆਂ। ਪਰ ਸਵੀਡਨ ਇਹੋ ਜਿਹੀ ਕੰਟਰੀ ਹੈ ਜੀ, ਸਵੀਡਨ ਦੇ ਵਿੱਚ ਪਹਿਲੀ ਗੱਲ ਤਾਂ ਕੈਸ਼ ਹੀ ਹੈ ਨਹੀਂ, ਅਤੇ ਜਿਹੜੇ ਬੰਦੇ ਕੈਸ਼ 'ਤੇ ਕੰਮ ਕਰਾਉਂਦੇ ਆ ਉਹ ਉਹਨਾਂ ਨੂੰ ਪਤਾ ਕਿ ਉਹ ਕੈਸ਼ ਨੂੰ ਕਿਵੇਂ ਅਰੇਂਜ ਕਰਦੇ ਹਨ, ਅਤੇ ਉਹ ਕਿਸੇ ਲੇਖੇ ਦੇ ਵਿੱਚ ਨਹੀਂ ਆਉਂਦੇ ਬੰਦੇ ਜਿਹੜੇ ਕੈਸ਼ 'ਤੇ ਕੰਮ ਕਰਦੇ ਆ, ਫਿਰ ਉਹਨਾਂ ਦੇ ਬਹੁਤਿਆਂ ਦੇ ਪੈਸੇ ਡੁੱਬ ਵੀ ਜਾਂਦੇ ਆ। ਹੁਣ ਇੱਥੇ ਮੈਂ ਦੇਖਿਆ ਜਿਹੜੇ ਵਿਚਾਰੇ ਡਿਲੀਵਰੀਆਂ ਦਾ ਕੰਮ ਕਰਦੇ, ਫੂਡ ਡਿਲੀਵਰੀਆਂ ਦਾ, ਹੈ ਨਾ, ਜਾਂ ਕਈ ਆਪਣਾ ਇੱਥੇ ਗਾਰਡਨਿੰਗ ਦਾ, ਉਹਨੂੰ ਥਰਾਈਕੋਡ ਕਹਿੰਦੇ, ਉਹਦਾ ਕੰਮ ਕਰਦੇ ਆ, ਜਾਂ ਕਿ ਕਲੀਨਿੰਗ ਦਾ ਕੰਮ ਕਰਦੇ ਆ, ਉਹਨਾਂ ਦੇ ਵਿੱਚ ਵੀ ਕਈ ਮੁੰਡਿਆਂ ਦੇ ਪੈਸੇ ਡੁੱਬ ਜਾਂਦੇ ਆ। ਜਦੋਂ ਉਹ ਅਗਲਾ ਕਹਿ ਦਿੰਦਾ ਹਾਂਜੀ ਮੈਂ ਤੇਰੇ ਤੋਂ ਕੰਮ ਕਰਾਇਆ, ਮਹੀਨੇ ਦੇ ਪੈਸੇ ਰੱਖੂੰਗਾ ਜਾਂ 15 ਦਿਨ ਦੇ ਪੈਸੇ ਰੱਖੂੰਗਾ, ਉਹੀ ਗੱਲ ਹੈ ਕਿ ਜਿਹਦਾ ਉਹ ਡਿਲੀਵਰੀ ਦਾ ਕੰਮ ਕਰਦਾ, ਜੇ ਕਿਤੇ ਵਿਚਾਰੇ ਤੋਂ ਗਲਤੀ ਨਾਲ ID ਬੰਦ ਹੋ ਜੇ ਤਾਂ ਉਹਦੇ ਸਾਰੇ ਪੈਸੇ ਨੱਪ ਲੈਂਦੇ, ਹੈ ਨਾ, ਵੀ ਨਾ ਜੀ ਤੂੰ ਤਾਂ ID ਬੰਦ ਕਰਦੀ, ਕਰ ਲਾ ਜੋ ਕਰਨਾ ਅਗਲੇ ਨੂੰ ਕਹਿ ਦਿੰਦੇ। ਉਹ ਵਿਚਾਰਾ ਕੀ ਕਰ ਸਕਦਾ, ਹੁਣ ਧਮਕੀਆਂ ਦੇ ਦਿੰਦੇ ਆ, ਤੈਨੂੰ ਅਸੀਂ ਚੁਕਾ ਦਾਂਗੇ, ਤੈਨੂੰ ਅਸੀਂ ਕੰਪਲੇਂਟ ਕਰਾ ਦਾਂਗੇ, ਉਹ ਫਿਰ ਕੀ ਕਰੂਗਾ, ਕੁਛ ਨਹੀਂ। ਤਾਂ ਇਸੇ ਤਰ੍ਹਾਂ ਥਰਾਈਕੋਡ ਵਾਲੇ ਆ, ਉਹ ਵੀ ਕੀ ਕਰਦੇ ਆ, ਜਦੋਂ ਉਹਨਾਂ ਨੇ ਲਾਸਟ 'ਚ ਤੁਹਾਨੂੰ ਪੈਸੇ ਦੇਣੇ ਹੁੰਦੇ ਆ, ਉਹ ਤੁਹਾਡੀਆਂ 100 ਕੰਮ ਨਾ ਕੱਢ ਦਿੰਦੇ, ਹੈ ਨਾ। ਜਦੋਂ ਤਾਂ ਤੁਸੀਂ ਕੰਮ ਉਹਨਾਂ ਦੇ ਨਾਲ ਕਰਦੇ ਆ, ਤੁਹਾਨੂੰ ਬਹੁਤ ਪਲੂਸ ਪਲੂਸ ਕੇ ਰੱਖਦੇ ਆ, ਹੈ ਨਾ, ਤੁਹਾਨੂੰ ਗੱਡੀ ਵੀ ਦੇ ਦਿੰਦੇ ਆ, ਜਾਂ ਤੂੰ ਘਰੋਂ ਆ ਜਾਈ, ਤੈਨੂੰ ਘਰੋਂ ਬੰਦਾ ਚੱਕ ਲਊਗਾ, ਇਹ ਕਰ ਲਓ ਉਹ ਕਰ ਲਓ, ਪੂਰਾ ਤੁਹਾਡਾ ਆਦਰ ਮਾਣ ਕਰਦੇ ਆ। ਔਰ ਜਦੋਂ ਪੈਸੇ ਦੇਣ ਦੀ ਵਾਰੀ ਆਉਂਦੀ ਹੈ ਉਦੋਂ 2 ਨੰਬਰ ਵਾਲਿਆਂ ਨਾਲ ਐਂ ਹੁੰਦਾ ਕਿ ਮੁੜ ਕੇ ਕਹਿੰਦੇ ਤੂੰ ਤਾਂ ਉਹ ਚੀਜ਼ ਗਵਾਤੀ ਸੀ ਸਾਡੀ, ਤੂੰ ਤਾਂ ਉੱਥੇ ਭੁੱਲ ਆਇਆ ਸੀ, ਤੇਰੇ ਤੋਂ ਉੱਥੇ ਗੱਡੀ ਵੱਜ ਗਈ ਸੀ, ਹੈ ਨਾ। ਪਰ ਉਹ ਕੰਮਾਂ ਕਈ ਗਿਣਾਉਣ ਲੱਗ ਪੈਂਦੇ, ਫਿਰ ਉਹਨੂੰ ਵਿਚਾਰੇ ਨੂੰ ਕਈ ਉਂਝ ਹੀ ਕਹਿ ਦਿੰਦੇ ਵੀ ਤੇਰੇ ਤੋਂ ਹਫ਼ਤੇ ਦੀ ਤਾਂ ਤੇਰੀ ਟ੍ਰੇਨਿੰਗ ਹੀ ਸੀਗੀ, ਹੈ ਨਾ, ਵੀ ਕਿਹੜੇ ਕੰਮਾਂ ਦੀਆਂ ਟ੍ਰੇਨਿੰਗਾਂ ਹੁੰਦੀਆਂ, ਹੈ ਨਾ। ਉਹ ਵਿਚਾਰੇ ਤੋਂ 10-10 ਦਿਨ 15-15 ਦਿਨ ਵਿਚਾਰੇ ਤੋਂ ਫ੍ਰੀ ਕੰਮ ਹੀ ਕਰਾ ਜਾਂਦੇ। 2 ਨੰਬਰ ਵਾਲਿਆਂ ਨਾਲ ਇਹ ਧੱਕਾ ਹੁੰਦਾ ਜ਼ਰੂਰ ਆ, ਪਰ ਬਈ ਇਹ 2 ਨੰਬਰ ਵਾਲਿਆਂ ਨਾਲ ਆਪਾਂ ਗੱਲ ਤਾਂ ਕੀਤੀ ਆ ਕਿ ਉਹਨਾਂ ਨੂੰ ਮੁਸ਼ਕਲਾਂ ਵੀ ਬਹੁਤ ਆਉਂਦੀਆਂ, ਪਰ ਉਹਨਾਂ ਦੇ ਕੋਈ ਫਿਕਸ ਘੰਟੇ ਨਹੀਂ ਹੁੰਦੇ। ਕਿਸੇ ਵੀ ਕੰਟਰੀ ਦੇ ਵਿੱਚ ਚਲੇ ਜਾਓ, ਫਿਕਸ ਘੰਟੇ ਨਹੀਂ ਹੁੰਦੇ ਤੁਹਾਡੇ ਵੀ ਤੁਸੀਂ 8 ਘੰਟੇ ਹੀ ਕੰਮ ਕਰਨਾ। ਜਾਂ ਮੰਨ ਲਓ ਹੁਣ ਕੋਈ ਮੁੰਡੇ ਮੈਨੂੰ ਕਾਲ ਕਰੇ, ਹਾਂਜੀ ਭਾਈ ਮੈਂ 2 ਨੰਬਰ 'ਚ ਆਊਂਗਾ, ਮੈਨੂੰ ਜੇ ਤੁਸੀਂ
घट्टो घट नहीं तो 8-10 घंटे काम दबाओगे तो मैं आऊँगा। आए थोड़े नाल कोई भी बंदा कमिटमेंट नहीं करूँगा क्योंकि देखो जो तक अगले लोड है थोड़ी वो थोनों हाँ भी कर दूगा, थोनों अकोमोडेशन भी दे दूगा, पर जिदन तुम वो बंद की जरूरत खत्म हो गए तुम की कर सकते अगले का कुछ भी नहीं। अलग है नहीं कम दस कितने रखा है ना, ये 2 नंबर वाले हों। इस करके कदे भी ये चीज़ तुम कमेंट करके ज मैसेज करके ज मैं कॉल करके आ चीज़ ना पूछा करो कि भाई तो किन्ने घंटे काम तुम तो दवा सकते, मैं थोड़ी दवा सकता ना, इतने किसी लोड है 2 नंबर वाले की ज एक्सट्रा किसी बंद की वो थोड़ा रख लूगा, नहीं लोड़ तो नहीं रखूगा। ठीक है, ये 2 नंबर वाले का थोनों ये चीज़ दसी है। मैं 1 नंबर वाले वास्ते नॉर्मल काम बहुत है, सारे मुंडे वधिया काम करते हैं, दो जॉबा करते, कई 3-3 जॉबा करते हैं 1 नंबर वाले। तो 2 नंबर वाले वास्ते यही है कि उन्होंने थोड़ा हार्डवर्क ज़्यादा करना पैंदा, पैसे मर भी जाते हैं तो बहुत कुछ हो जाता है ना। तो इस करके बस जिवें कह लिया करो कि आपदे आप नूं ये सोच के आया करो कि मैं बस एक जंग लड़न चलिया। ठीक है, तो वह 2 नंबर वाले नाल तां विचारे नाल फिर जंग वाला काम ही हुंदा वी, जे तां धक्के नाल किते काम लभ लिया तो काम पर विचारे चक्की उहदा फटे, तो जिद्दण मालक नाल थोड़ी जी विगड़ गई जां कोई उहो जी गल हो गई तां इहनूं तुसीं वेखोगे ना 2 नंबर वाले कई चापलूसियां बहुत करदे, जां जिन्हां ने इत्थे पेपर भरे हुए आपदे पेपर आपदे लवाए हुए है ना, वह भी बहुत चापलूसियां करदे मालक दीआं वी, साडा मालक साडी मन्ने बस है ना, क्योंकि उन्होंने निगाह रखनी हुंदी हर काम ते कि कहड़ा की करी जाता, जो चापलूसी हुंदा वह मुंडे ने, तो वह फिर योजे बंद एंड च भी कई बार माड़ी हो जाती होंगी है। तो इस करके 2 नंबर वाले वास्ते तो बई यही सिचुएशन है कि कोई फिक्स घंटे है नहीं गए भी तुम इन्ने घंटे काम करोगे। ठीक है, ये तो तुम एक्सट्रा बंदे हो जिन्ने घंटे मिल गए, कई बार कह लो भी 12-12, 13-15 घंटे भी मिल जाते 2 नंबर वाले। ठीक है, जिन्हों को पेपर है नहीं तो ये मैं तो विचार साझे किए थे कि बई ये सोच के ना कितने भी जाया करो कि मैं इन्ने घंटे मिलने। ठीक है, ये तो जो तुम आओगे मौके पर बस जो हो जाए वो चीज़ होंगी है। ठीक है, हाँ जी, तो अपनी वीडियो में शेयर कर दिया करो, तो होर किसी भी तरह की थोड़ा वीडियो चाहिए हुई तो कमेंट कर दिया जी। ठीक है, तो थैंक यू जी, थैंक यू सो मच।